ਪੰਜਾਬ ਵਿਲ ਬੀ ਦਾ ਫਸਟ ਸਟੇਟ ਜਿਹਦਾ ਕੋਈ ਵੀ ਸਕੂਲ ਸਰ ਟੀਚਰਲੈਸ ਜਾਂ ਸਿੰਗਲ ਟੀਚਰ ਨਹੀਂ ਹੋਊਗਾ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਸਦਾ ਹਰ ਇੱਕ ਪ੍ਰਾਇਮਰੀ, ਹਰ ਇੱਕ ਮਿਡਲ, ਹਰ ਇੱਕ ਹਾਈ ਸਕੂਲ, ਹਰ ਇੱਕ ਸੀਨੀਅਰ ਸੈਕੰਡਰੀ ਸਕੂਲ ਵਾਈਫਾਈ ਹੋਊਗਾ ਸਰ। ਮੈਂ ਤਾਂ 30 ਲੱਖ ਦੇ 30 ਲੱਖ ਬੱਚਿਆਂ ਨੂੰ ਆਪਣਾ ਮੰਨਦਾ, 900 ਸਕੂਲਾਂ ਚ ਖੁਦ ਜਾ ਕੇ ਦੇਖਿਆ। 13 ਕਰੋੜ ਰੁਪਇਆ ਸਰ 23 ਮਹੀਨਿਆਂ ਦੀ ਭਗਵੰਤ ਮਾਨ ਸਰਕਾਰ ਨੇ ਹਲਕੇ ਬੰਗੇ ਚ ਭੇਜਿਆ ਸਰ, 13 ਕਰੋੜ। ਸਰ ਮੈਂ ਹੈਰਾਨ ਹੋ ਗਿਆ, 1600 ਏਦਾਂ ਦੇ ਸਕੂਲ ਹੈ ਜਿੱਥੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਬਾਉਂਡਰੀ ਵਾਲ ਬਣ ਰਹੀ ਹੈ 4 ਦੀਵਾਰੀ। ਜਿਵੇਂ ਪ੍ਰਾਈਵੇਟ ਸਕੂਲਾਂ ਚ ਟਰਾਂਸਪੋਰਟ ਸਰਵਿਸ ਹੈ ਸਰ, ਅਸੀਂ ਸ਼ੁਰੂਆਤ ਕਰ ਦਿੱਤੀ ਹੈ। 10,000 ਲੜਕੀਆਂ ਅੱਜ ਉਹ ਸੁਵਿਧਾ ਦਾ ਲਾਭ ਲੈ ਰਹੀਆਂ। ਮਾਨਯੋਗ ਵਿਧਾਇਕ ਸਾਹਿਬ ਨੇ ਪੁੱਛਿਆ ਕਿ ਹਲਕਾ ਬੰਗੇ ਦੇ ਵਿੱਚ ਇਸ ਵੇਲੇ ਕਿੰਨੇ ਤੇ ਕਿਹੜੇ ਸਰਕਾਰੀ ਸਕੂਲ ਅਧਿਆਪਕਾਂ ਤੋਂ ਬਗੈਰ ਹਨ ਜੀ। ਉੜਾ ਐੜਾ ਸੀਗਾ ਜੀ, ਇਹਨਾਂ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀਆਂ ਕਿੰਨੀਆਂ ਕਿੰਨੀਆਂ ਮਨਜ਼ੂਰ ਸ਼ੁਦਾ ਅਸਾਮੀਆਂ ਹਨ, ਉਹਨਾਂ ਵਿੱਚੋਂ ਕਿੰਨੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਕਿੰਨੀਆਂ ਅਸਾਮੀਆਂ ਨੂੰ ਕਦੋਂ ਤੱਕ ਭਰ ਦਿੱਤਾ ਜਾਵੇਗਾ, ਵੇਰਵੇ ਸਹਿਤ ਦੱਸਿਆ ਜਾਵੇ। ਸਰ ਹਲਕਾ ਬੰਗੇ ਦੇ ਵਿੱਚ 4 ਸਕੂਲ ਨੇ ਸਰ। ਪਹਿਲਾ ਸਕੂਲ ਹੈ ਸਰ ਸਰਕਾਰੀ ਮਿਡਲ ਸਕੂਲ ਬਾਜੋਂ। 3 ਅਸਾਮੀਆਂ ਸਰ ਇੱਥੇ ਟੀਚਿੰਗ ਦੀਆਂ ਨੇ, 1 ਅਸਾਮੀ ਸਰ ਇੱਥੇ ਨਾਨ ਟੀਚਿੰਗ ਦੀ ਹੈ। ਬੱਚੇ ਪੜ੍ਹਦੇ ਆ ਸਰ ਇੱਥੇ 9, ਪਰ ਇਹ ਸਰ ਸਕੂਲ ਟੀਚਰਲੈਸ ਨਹੀਂ, ਆਰਜੀ ਪ੍ਰਬੰਧ ਸਰ। ਉੱਥੇ ਟੀਚਰ ਸਾਡਾ ਜਾਂਦਾ ਹੈ, ਪੜ੍ਹਾਉਂਦਾ ਹੈ, ਆਰਜੀ ਪ੍ਰਬੰਧ ਉੱਥੇ ਹੈ। ਦੂਜਾ ਸਕੂਲ ਹੈ ਸਰ ਸਰਕਾਰੀ ਮਿਡਲ ਸਕੂਲ ਰਾਏਪੁਰ ਡਾਬਾ, ਇੱਥੇ ਵੀ ਸਰ 3 ਅਸਾਮੀਆਂ ਨੇ ਟੀਚਿੰਗ ਦੀਆਂ, 1 ਨਾਨ ਟੀਚਿੰਗ ਦੀ ਹੈ। ਬੱਚੇ ਪੜ੍ਹਦੇ ਨੇ, 12 ਅਸਾਮੀਆਂ ਹੈਗੀਆਂ ਸਰ, 1 ਟੀਚਿੰਗ ਦੀ ਤੇ 1 ਨਾਨ ਟੀਚਿੰਗ ਦੀ। ਆਰਜੀ ਪ੍ਰਬੰਧ ਇੱਥੇ ਤੇ ਇੱਥੇ ਬੱਚੇ ਹੈ 37, ਇੱਥੇ ਸਰ ਅਸਾਮੀ 1 ਹੈ। ਪਰ ਮੈਂ ਅੱਜ ਹੀ ਨਿਰਦੇਸ਼ ਦੇ ਦਿੰਦਾ ਸਰ, ਇੱਥੇ ਦੂਜਾ ਟੀਚਰ ਇਮੀਡੀਏਟਲੀ ਅਸੀਂ ਪੋਸਟ ਕਰ ਦਾਂਗੇ, ਕਿਉਂਕਿ ਸਾਡੀ ਪਾਲਿਸੀ ਹੈ 30 ਬੱਚਿਆਂ ਦੇ ਉੱਤੇ ਅਸੀਂ 1 ਟੀਚਰ ਦੇ ਰਹੇ ਹਾਂ। ਸਰ ਮੈਂ ਪਿਛਲੀ ਵਾਰ ਵੀ ਵਿਧਾਨ ਸਭਾ 'ਚ ਦੱਸਿਆ ਸੀ, ਸਾਡੀਆਂ 2 ਭਰਤੀਆਂ 5994 ਤੇ 2364। 23-24 ਤਾਂ ਸਰ ਪਿਛਲੀ ਸਰਕਾਰ ਵੇਲੇ ਦੀ ਭਰਤੀ, ਉਹ ਦੁਬਾਰਾ ਬਹਾਲ ਕਰਾਈ ਹੈ ਡਬਲ ਬੈਂਚ ਤੋਂ, ਉਹਦੇ 'ਚ ਕੁਛ ਕਲੈਰੀਫਿਕੇਸ਼ਨ ਕਰਕੇ ਹਾਈਕੋਰਟ 'ਚ ਹੈ। 5994 ਦੀ ਸਰ ਕੱਲ੍ਹ ਤਾਰੀਖ ਸੀ ਸਰ, ਅਸੀਂ AG ਆਫਿਸ ਦੇ ਸਹਿਯੋਗ ਦੇ ਨਾਲ ਉਹ ਦੋਨੋਂ ਭਰਤੀਆਂ ਨੂੰ ਬਹੁਤ ਸਰ ਐਗਜ਼ਾਮ ਹੋ ਗਏ, ਰਿਜ਼ਲਟ ਤਿਆਰ ਨੇ ਸਰ ਸਿਰਫ ਅਗਰ, ਪਰ ਅਸੀਂ ਦੋਨੋਂ ਸਿਰਫ ਛੋਟੇ ਛੋਟੇ ਕਲੈਰੀਫਿਕੇਸ਼ਨ ਕਰਕੇ, ਦੇ ਆਰ ਔਨ ਦਾ ਲਾਸਟ ਲੈਗ। ਜਿੱਦਾਂ ਹੀ ਇਹ ਮੇਰੀਆਂ ਭਰਤੀਆਂ ਕੰਪਲੀਟ ਹੁੰਦੀਆਂ ਸਰ, ਐਜ਼ ਆਈ ਲਾਸਟ ਟਾਈਮ ਮੈਂਸ਼ਨਡ, ਪੰਜਾਬ ਵਿਲ ਬੀ ਦਾ ਫਸਟ ਸਟੇਟ ਜਿਹਦਾ ਕੋਈ ਵੀ ਸਕੂਲ ਸਰ ਟੀਚਰਲੈਸ ਜਾਂ ਸਿੰਗਲ ਟੀਚਰ ਨਹੀਂ ਹੋਊਗਾ ਸਰ। ਸਰ ਅਸੀਂ ਇਸ ਹਾਊਸ 'ਚ ਕਮਿਟ ਕੀਤਾ ਸੀਗਾ ਬਾਏ 31st of March, 31 ਮਾਰਚ ਆਈ ਸਰ, ਅਗਲੇ 20-25 ਦਿਨਾਂ 'ਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਸਦਾ ਹਰ ਇੱਕ ਪ੍ਰਾਇਮਰੀ, ਹਰ ਇੱਕ ਮਿਡਲ, ਹਰ ਇੱਕ ਹਾਈ ਸਕੂਲ, ਹਰ ਇੱਕ ਸੀਨੀਅਰ ਸੈਕੰਡਰੀ ਸਕੂਲ ਵਾਈਫਾਈ ਹੋਊਗਾ ਸਰ। ਸਰ ਮੈਨੂੰ ਪਤਾ ਸੀ, ਆਈ ਹੈਵ ਕਮ ਵੈਲ ਪ੍ਰੀਪੇਅਰਡ ਸਰ। ਮੇਰੇ ਕੋਲ ਬੰਗੇ ਹਲਕੇ ਦੀ ਸਾਰੀ ਸਕੂਲਾਂ ਦੀ ਡਿਟੇਲ ਹੈ ਸਰ, ਜਿੰਨੇ ਪ੍ਰਾਇਮਰੀ ਹੈ, ਜਿੰਨੇ ਮਿਡਲ ਹੈ, ਜਿੰਨੇ ਹਾਈ ਹੈ ਸਰ, ਸੀਨੀਅਰ ਸੈਕੰਡਰੀ ਸਕੂਲ। ਸਰ ਅੱਜ ਤੱਕ ਤਾਂ ਬੱਚਿਆਂ ਨੂੰ ਮੰਨਿਆ ਹੀ ਨਹੀਂ ਸੀ, ਮੈਂ ਤਾਂ 30 ਲੱਖ ਦੇ 30 ਲੱਖ ਬੱਚਿਆਂ ਨੂੰ ਆਪਣਾ ਮੰਨਦਾ, 900 ਸਕੂਲਾਂ ਚ ਖੁਦ ਜਾ ਕੇ ਦੇਖਿਆ। 13 ਕਰੋੜ ਰੁਪਇਆ ਸਰ 23 ਮਹੀਨਿਆਂ ਦੀ ਭਗਵੰਤ ਮਾਨ ਸਰਕਾਰ ਨੇ ਹਲਕੇ ਬੰਗੇ ਚ ਭੇਜਿਆ ਸਰ, 13 ਕਰੋੜ, ਜਿਸ ਚੋਂ 1.5 ਕਰੋੜ 4 ਦੀਵਾਰੀ ਦਾ ਸਰ। ਦੇਰ ਵਰ ਨੋ ਬਾਉਂਡਰੀ ਵਾਲਸ ਸਰ, ਕਲਾਸਰੂਮ ਨਹੀਂ ਸੀ ਸਰ। 1 ਲੱਖ ਡੈਸਕ ਭੇਜਿਆ ਸਰ ਅਸੀਂ 19,000 ਸਕੂਲਾਂ ਚ, 1 ਲੱਖ ਡੈਸਕ ਦਾ ਮਤਲਬ ਹੈ 2 ਲੱਖ ਬੱਚਾ ਥੱਲੇ। ਸਰ ਮੈਂ ਹੈਰਾਨ ਹੋ ਗਿਆ, 1600 ਏਦਾਂ ਦੇ ਸਕੂਲ ਹੈ ਜਿੱਥੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਬਾਉਂਡਰੀ ਵਾਲ ਬਣ ਰਹੀ ਹੈ 4 ਦੀਵਾਰੀ ਸਰ। 1200 ਕਿਲੋਮੀਟਰ ਲੰਬੀ,
ਸਰ ਸਾਰੇ ਇੱਥੇ ਹਰ ਪਾਰਟੀ ਦੇ ਇੱਥੇ ਵਿਧਾਇਕ ਬੈਠੇ, ਜਰਨਲਿਸਟ ਬੈਠੇ ਆ। ਸਰ ਤੁਸੀਂ ਪੰਜਾਬ ਦੇ ਜਾ ਕੇ ਦੇਖੋ ਪਿੰਡਾਂ, ਤੁਹਾਨੂੰ ਸੜਕਾਂ ਦੇ ਸੱਜੇ ਖੱਬੇ ਚਾਰ ਦੀਵਾਰੀ ਉਸ ਦਿਖੂਗੀ ਉਸਾਰੀ ਹੁੰਦੀ ਹੋਈ। 13,000 ਨਵਾਂ ਕਮਰਾ ਬਣ ਰਿਹਾ ਸਰ। ਵੀ ਆਰ ਕਮਿਟਡ, ਇਹ ਸਰਕਾਰ ਸਿੱਖਿਆ ਲਈ ਕਮਿਟਡ ਹੈ ਸਰ। ਅਸੀਂ ਹੋਰ ਵੀ ਜੇ ਕੋਈ ਕਮੀ ਹੈ ਕਰਾਂਗੇ, ਪਰ ਇਹ ਸਰ ਟੀਚਰਸ ਰੈਗੂਲਰਾਈਜੇਸ਼ਨ ਜਿਹੜੀ ਅਸੀਂ ਰੈਗੂਲਰਾਈਜ਼ ਕੀਤੀ ਆ ਸਰ, ਭਰਤੀਆਂ ਜਿਹੜੀਆਂ ਹੈ ਹਰ ਭਰਤੀਆਂ, ਕਿਉਂਕਿ ਸਰ ਉਹ ਆਪ ਕਿਤੋਂ ਨਾ ਕਿਤੋਂ ਹਾਈਕੋਰਟ 'ਚ ਕੋਈ ਨਾ ਕੋਈ ਪੇਜ ਫਸ ਜਾਂਦਾ ਹੈ ਸਰ। 10,000 ਟੀਚਰਸ ਆ ਚੁੱਕੇ ਨੇ। ਸੋ ਦੀਜ਼ ਆਰ ਔਨ ਦਾ ਲਾਸਟ ਲੈਗ, ਅਤੇ ਅਸੀਂ ਏ ਜੀ ਆਫਿਸ 'ਚ ਮੈਂ ਖੁਦ ਸਰ ਹਰ ਭਰਤੀ ਦੀ ਹਰ ਤਰੀਕ ਹਰ ਆਰਡਰ ਦੇਖ ਰਿਹਾ, ਅਤੇ ਵੈਰੀ ਸੂਨ ਸਰ ਅਸੀਂ ਜਿਹੜੀ ਇਹ ਵੀ ਹੈ ਆਰ ਜੀ ਪ੍ਰਬੰਧ ਤਾਂ ਇੱਥੇ ਹੈ ਹੀ ਹੈ, ਅਤੇ ਜਿਹੜੇ ਬਾਕੀ ਵੀ ਹੈ ਸਰ ਜਲਦੀ ਜਿੱਦਾਂ ਆਉਂਦੇ ਆ ਅਸੀਂ ਭੇਜਾਂਗੇ ਟੀਚਰ। ਥੈਂਕ ਯੂ ਸਰ। ਪੰਜਾਬ ਇੱਕ ਇੱਦਾਂ ਦਾ ਸੂਬਾ ਸਰ ਜਿਹਦੇ ਹਰ ਪਿੰਡ ਸਕੂਲਸ ਨੇ ਸਰ, ਜਿਹੜੀ ਆ ਪਾਲਿਸੀ ਹੈ ਪੰਜਾਬ ਨੇ ਅੱਜ ਤੱਕ ਅਡੋਪਟ ਨਹੀਂ ਕੀਤੀ, ਕਿਉਂਕਿ ਅਸੀਂ ਆਪਣੇ ਸਰਕਾਰੀ ਸਕੂਲਾਂ ਨੂੰ ਬਹੁਤ ਸ਼ਾਨਦਾਰ ਬਣਾਉਣਾ ਚਾਹੁੰਦੇ ਹਾਂ। ਅਸੀਂ ਸਰ ਸਾਡੀ ਕੋਸ਼ਿਸ਼ ਹੀ ਹੈ, ਅਤੇ ਅਸੀਂ ਆਲਰੇਡੀ ਸ਼ੁਰੂਆਤ ਕਰ ਚੁੱਕੇ ਹਾਂ। ਅੱਜ ਤਕਰੀਬਨ 10,000 ਬੱਚੇ ਪਹਿਲੀ ਵਾਰੀ ਹੈ ਸਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ, ਸੇਮ ਜਿਵੇਂ ਪ੍ਰਾਈਵੇਟ ਸਕੂਲਾਂ 'ਚ ਟਰਾਂਸਪੋਰਟ ਸਰਵਿਸ ਹੈ ਸਰ, ਅਸੀਂ ਸ਼ੁਰੂਆਤ ਕਰ ਦਿੱਤੀ ਹੈ। 10,000 ਲੜਕੀਆਂ ਅੱਜ ਉਹ ਸੁਵਿਧਾ ਦਾ ਲਾਭ ਲੈ ਰਹੀਆਂ ਸਰ। ਹੌਲੀ ਹੌਲੀ ਅਸੀਂ ਆਪਣੇ ਟਰਾਂਸਪੋਰਟ ਫੈਸਿਲਿਟੀਜ਼ ਨੂੰ ਸਰ, ਮੈਂ ਇਹਦੇ ਲਈ ਸਾਰੇ ਹਾਊਸ ਦਾ ਸਹਿਯੋਗ ਚਾਹੁੰਦਾ, ਕਿਉਂਕਿ ਅੱਜ ਵੀ ਸਰ ਇਹ ਮਿਡਲ ਸਕੂਲ ਬੰਦ ਹੋਣੇ ਚਾਹੀਦੇ ਨੇ। MLA ਸਾਹਿਬ ਸਾਥ ਦੇਣ, ਮੈਂ ਤਿੰਨੋਂ ਸਕੂਲ ਸਰ ਬੰਦ ਕਰੂੰਗਾ ਇਹਨਾਂ ਨੂੰ ਆਲੇ ਦੁਆਲੇ ਸਰ। ਵੀ ਵਿਲ ਅਰੇਂਜ ਟਰਾਂਸਪੋਰਟ ਫੈਸਿਲਿਟੀ। ਪਰ ਸਰ ਦੁੱਖ ਇਸ ਗੱਲ ਦਾ, ਹਰ ਬੰਦਾ ਕਹਿੰਦਾ ਜੀ ਸਾਡਾ ਸਕੂਲ ਅਪਗ੍ਰੇਡ ਕਰ ਦਿਓ ਹਰ ਪਿੰਡ ਵਿੱਚ 12ਵੀਂ ਵਾਲਾ। ਸਰ ਵੀ ਆਰ ਫੋਕਸਿੰਗ ਕਿ ਅਸੀਂ ਹਰ 5-7-10 ਕਿਲੋਮੀਟਰ 'ਚ ਇੱਕ ਸਕੂਲ ਇੱਦਾਂ ਦਾ ਬਣਾਈਏ ਜਿੱਥੇ ਸਭ ਕੁਛ ਹੋਵੇ, ਸ਼ਾਨਦਾਰ ਖੇਡ ਫੈਸਿਲਿਟੀਆਂ ਵੀ ਹੋਣ, ਤੇ ਅਸੀਂ ਟਰਾਂਸਪੋਰਟ ਸਰਵਿਸ ਦੇਈਏ। ਅਗਰ ਸਾਰੇ ਵਿਧਾਇਕ ਸਾਹਿਬਾਨ ਸਾਡਾ ਸਾਥ ਦੇਵਾਂਗੇ ਤਾਂ ਆਪਾਂ ਬਹੁਤ ਜਲਦੀ ਉਹ ਅਚੀਵ ਕਰਾਂਗੇ ਸਰ। ਮਿਡਲ ਸਕੂਲ ਸਰ, ਅੱਜ ਮਿਡਲ ਸਕੂਲਾਂ ਦਾ ਹੀ ਹਾਲਾਤ ਹੈ। ਮੈਜੋਰਿਟੀ ਆਫ ਮਿਡਲ ਸਕੂਲ, 2500 ਮਿਡਲ ਸਕੂਲ ਹੈ ਸਰ, ਉਹਨਾਂ 'ਚ ਸਰ ਹੈ ਹੀ ਨਹੀਂ ਸਰ। ਇਹੀ ਟੀਚਰ ਸਾਡੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਜਾਣਗੇ। ਥੈਂਕ ਯੂ ਸਰ। ਹਾਂਜੀ, ਇਹ ਜੋ ਆਪਣਾ ਪੰਜਾਬ ਦਾ ਮੇਲਾ ਸਰਕਾਰ ਨੇ ਲਾਉਣ ਦਾ ਉਪਰਾਲਾ ਕੀਤਾ, ਬਹੁਤ ਵਧੀਆ। ਸਾਡਾ ਇਹਦੇ 'ਚ ਬਹੁਤ ਔਰਗੈਨਿਕ ਖੇਤੀ ਦਾ ਜਿਹੜਾ ਪ੍ਰਚਾਰ ਆ ਬਹੁਤ ਦੂਰ ਦੂਰ ਤੱਕ ਫੈਲਿਆ, ਸਾਨੂੰ ਇਹਦਾ ਬਹੁਤ ਫਾਇਦਾ ਹੋਇਆ। ਇੱਥੇ ਕਾਫੀ ਵਿਕਰੀ ਹੋਈ ਆ, ਅੰਮ੍ਰਿਤਸਰ ਦੇ ਲੋਕਾਂ ਨੇ ਕਾਫੀ ਜਿਹੜੇ ਪ੍ਰੋਡਕਟ ਨੇ ਸਾਡੇ ਖਰੀਦੇ ਨੇ, ਚੌਲ ਖਰੀਦੇ ਨੇ, ਆਟਾ ਖਰੀਦਿਆ, ਹਲਦੀ ਖਰੀਦੀ ਆ, ਹੋਰ ਵੀ ਕਈ ਪ੍ਰੋਡਕਟ ਜਿਹੜੇ ਨੇ ਉਹ ਖਰੀਦੇ ਨੇ। ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਇਸ ਤਰ੍ਹਾਂ ਦੇ ਮੇਲੇ ਜਿਹੜੇ ਨੇ ਹਰ ਸ਼ਹਿਰਾਂ ਵਿੱਚ ਲੱਗਣੇ ਚਾਹੀਦੇ ਨੇ। ਜੋ ਰੰਗਲਾ ਪੰਜਾਬ ਜੋ ਇਹ ਕਾਰਜਕ੍ਰਮ ਕੀਤਾ ਗਿਆ ਸਰਕਾਰ ਵੱਲੋਂ, ਇਹ ਇਹਦੇ ਨਾਲ ਸਾਡੇ ਬਿਜ਼ਨਸ ਨੂੰ ਹੋਰ ਬੜੋਤਰੀ ਮਿਲੀ ਹੈ। ਸਾਡਾ ਬਿਜ਼ਨਸ ਆਲਰੇਡੀ ਕਾਫੀ ਡਿਵੈਲਪ ਸੀਗਾ, ਬਟ ਇਸ ਪ੍ਰੋਗਰਾਮ ਦੇ ਕਾਰਨ ਸਾਡੇ ਬਿਜ਼ਨਸ ਨੂੰ ਹੋਰ ਕੁਝ ਅੱਖਾਂ ਮਿਲੀਆਂ ਨੇ, ਹੋਰ ਕਾਫੀ ਲੋਕ ਸਾਡੇ ਨਾਲ ਜੁੜੇ ਨੇ, ਕਾਫੀ ਲੋਕਾਂ ਨੇ ਸਾਨੂੰ ਪੁੱਛਿਆ। ਸੋ ਸ਼ੁਕਰ ਹੈ ਭਗਵੰਤ ਮਾਨ ਜੀ ਦਾ, ਤੇ ਜੋ ਇਹ ਕਾਰਜਕ੍ਰਮ ਕਰਵਾਇਆ ਗਿਆ। ਦੁਨੀਆ ਭਰ ਚ ਪੰਜਾਬੀ ਗਏ ਨੇ, ਕਾਮਯਾਬ ਹੋਏ ਨੇ, ਪੰਜਾਬ ਦੇ ਵਿੱਚ ਵੀ ਕਾਮਯਾਬੀਆਂ ਦੇ ਦੌਰ ਸ਼ੁਰੂ ਹੋ ਗਏ। ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਔਰ ਜਲਦੀ ਬਣਾਉਣਾ, ਰੰਗਲਾ ਪੰਜਾਬ ਬਣਾਉਣਾ। ਪੰਜਾਬ ਤੇ ਪੰਜਾਬੀਅਤ ਦੇ ਜਜ਼ਬੇ ਦਾ ਆਨੰਦ ਮਾਣੋ।